ਕਹਿੰਦੇ ਇੱਕ ਵਾਰ ਨਾ ਕਿਸੇ ਵਿਗਿਆਨੀ ਨੇ ਸਾਇੰਟਿਸਟ ਨੇ ਕੋਈ ਸਰਵੇ ਕਰਨਾ ਸੀ ਕੋਈ ਖੋਜ ਕਰਨੀ ਸੀ ਬੜੇ ਧਿਆਨ ਨਾਲ ਸੁਣੋ ਕਹਿੰਦੇ ਉਹਨੇ ਕੀ ਕੀਤਾ ਇੱਕ ਵੱਡਾ ਸਾਰਾ ਪਿੰਜਰਾ ਲਿਆ ਉਹਦੇ ਚ ਪੰਜ ਬਾਂਦਰ ਪਾਤੇ ਇੱਕ ਪੌੜੀ ਪਿੰਜਰੇ ਚ ਲਾਤੀ ਉੱਤੇ ਕੇਲੇ ਟੰਗਤੇ ਕਹਿੰਦੇ ਜਿਵੇਂ ਹੀ ਬਾਂਦਰ ਪੌੜੀ ਤੇ ਚੜਨ ਲੱਗੇ ਤੇ ਉੱਤੋਂ ਠੰਡੇ ਪਾਣੀ ਦੀ ਉਹ ਬਾਰਿਸ਼ ਸ਼ੁਰੂ ਕਰ ਦੇਵੇ ਵਰਖਾ ਸ਼ੁਰੂ ਕਰ ਦੇਵੇ ਬਾਂਦਰ ਥੱਲੇ ਆ ਜੇ ਕੇਲਿਆਂ ਤੱਕ ਪਹੁੰਚ ਹੀ ਨਾ ਪਾਵੇ ਪੰਜ ਦਿਨ ਹੋਇਆ ਦਸ ਦਿਨ ਹੋਇਆ ਅਖੀਰ ਬਾਂਦਰਾਂ ਨੇ ਇਹ ਹੱਲ ਕੱਢਿਆ ਵੀ ਜੇ ਉੱਪਰ ਜਾਵਾਂਗੇ ਕੇਲਿਆਂ ਤੱਕ ਜਾਵਾਂਗੇ ਤੇ ਉੱਤੋਂ ਠੰਡੇ ਪਾਣੀ ਦੀ ਵਰਖਾ ਹੋਵੇਗੀ ਅਸੀਂ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਦਸ ਕੁ ਦਿਨ ਕੱਢਣ ਤੋਂ ਬਾਅਦ ਨਾ ਕਹਿੰਦੇ ਉਹਨੇ ਸਾਇੰਟਿਸਟ ਨੇ ਕੀ ਕੀਤਾ ਵੀ ਪੰਜਾਂ ਬਾਂਦਰਾਂ ਦੇ ਵਿੱਚੋਂ ਇੱਕ ਬਾਂਦਰ ਬਾਹਰ ਕੱਢ ਲਿਆ ਇੱਕ ਨਵਾਂ ਬਾਂਦਰ ਉਹਨਾਂ ਦੇ ਕੋਲ ਭਰਤੀ ਕਰਤਾ ਹੁਣ ਹੋਇਆ ਕਿ ਜਦੋਂ ਉਹ ਨਵਾਂ ਆਇਆ ਬਾਂਦਰ ਪੌੜੀ ਤੇ ਚੜਨ ਲੱਗੇ ਜਿਹੜੇ ਪਹਿਲੇ ਚਾਰ ਸੀ ਨਾ ਉਹਨੂੰ ਮਾਰੀ ਜਾਣ ਤੇ ਉਹਨੂੰ ਥੱਲੇ ਸੁੱਟ ਲੈਣ ਵੀ ਨਹੀਂ ਉੱਤੇ ਨਹੀਂ ਜਾਣਾ ਕਿਉਂਕਿ ਉਹਨਾਂ ਦੀ ਸੁਰਤ ਦੇ ਵਿੱਚ ਕੀ ਬਹਿ ਗਿਆ ਸੀ ਉੱਪਰ ਜਾਵਾਂਗੇ ਤੇ ਉੱਤੋਂ ਠੰਡੇ ਪਾਣੀ ਦੀ ਵਰਖਾ ਹੋਵੇਗੀ ਅਸੀਂ ਉੱਥੋਂ ਤੱਕ ਨਹੀਂ ਪਹੁੰਚਾਂਗੇ ਚਲੋ ਕਹਿੰਦੇ ਪੰਜ ਕੁ ਦਿਨ ਲੱਗੇ ਉਹ ਵੀ ਬਾਂਦਰ ਆਦੀ ਹੋ ਗਿਆ ਇੱਕ ਦਿਨ ਕੋਸ਼ਿਸ਼ ਕੀਤੀ ਦੋ ਦਿਨ ਕੋਸ਼ਿਸ਼ ਕੀਤੀ ਮੁੜ ਕੇ ਉਹ ਵੀ ਥੱਕ ਹਾਰ ਕੇ ਬਹਿ ਗਿਆ ਵੀ ਜਦੋਂ ਮੈਂ ਉੱਤੇ ਜਾਣਾ ਇਹ ਮਾਰਨ ਲੱਗ ਪੈਂਦੇ ਨੇ ਜਿਹੜੇ ਚਾਰ ਰਹਿ ਗਏ ਸੀ ਪੁਰਾਣੇ ਇੱਕ ਨਵਾਂ ਪਾਇਆ ਸੀ ਬਾਂਦਰ ਉਹਨਾਂ ਚੌਵਾਂ ਦੇ ਵਿੱਚੋਂ ਕਹਿੰਦੇ ਫਿਰ ਇੱਕ ਬਾਹਰ ਕੱਢ ਲਿਆ ਤੇ ਇੱਕ ਨਵਾਂ ਪਾਤਾ ਹੁਣ ਉਹਨੂੰ ਪਾਣੀ ਦੀ ਵਰਖਾ ਨਹੀਂ ਕਰਨੀ ਪੈਂਦੀ ਜਿਹੜੇ ਪਹਿਲੇ ਨੇ ਉਹੀ ਉਹਨੂੰ ਉੱਪਰ ਨਹੀਂ ਜਾਣ ਦਿੰਦਾ ਉਹੀ ਉਹਨੂੰ ਜਦੋਂ ਉਹ ਪੌੜੀ ਤੇ ਪੈਰ ਰੱਖਣ ਲੱਗਦਾ ਹੈ ਜਦੋਂ ਕੋਈ ਨਵਾਂ ਆਉਂਦਾ ਹੈ ਪੌੜੀ ਤੇ ਪੈਰ ਰੱਖਣ ਲੱਗਦਾ ਹੈ ਤੇ ਉਹ ਉਹਨੂੰ ਮਾਰਦੇ ਨੇ ਕੁੱਟਦੇ ਨੇ ਪੌੜੀ ਤੇ ਚੜਨ ਨਹੀਂ ਦਿੰਦੇ ਹੁਣ ਜਿਹੜੇ ਪੁਰਾਣੇ ਸੀ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਬਾਂਦਰ ਫੇਰ ਕੱਢ ਲਿਆ ਤੇ ਇੱਕ ਨਵਾਂ ਭਰਤੀ ਕਰਤਾ ਹੁਣ ਹੋਇਆ ਕਿ ਜਿਹੜਾ ਨਵਾਂ ਆਇਆ ਉਹ ਵੇਖਦਾ ਹੈ ਵੀ ਇਹ ਚਾਰ ਚੁੱਪ ਕਰਕੇ ਬੈਠੇ ਕੇਲੇ ਇਹਨਾਂ ਨੂੰ ਵੀ ਦਿਸਦਾ ਪੌੜੀ ਇਹਨਾਂ ਨੂੰ ਵੀ ਦਿਸਦਾ ਹੀ ਹੈ ਕਹਿੰਦਾ ਪਾਰੇ ਉੱਤੇ ਨਹੀਂ ਜਾਣਦਾ ਉਹ ਵੀ ਢੇਰੀ ਜਿਹੀ ਢਾ ਕੇ ਉੱਥੇ ਬਹਿ ਜਾਂਦਾ ਪੁਰਾਣੇ ਦੋ ਰਹਿ ਗਏ ਦੋਵਾਂ ਦੇ ਵਿੱਚੋਂ ਫੇਰ ਉਹਨੇ ਕੀ ਕੀਤਾ ਇੱਕ ਬਾਹਰ ਕੱਢ ਲਿਆ ਗਿਣਤੀ ਪੰਜ ਹੀ ਹੈ ਪਰ ਇੱਕ ਨਵਾਂ ਪਾਈ ਜਾ ਰਿਹਾ ਉਹ ਨਵਾਂ ਆਇਆ ਵੀ ਕੀ ਵੇਖਦਾ ਹੈ ਕਹਿੰਦਾ ਵੀ ਅੱਛਾ ਉੱਪਰ ਜਾਣਾ ਮਨਾ ਹੈ ਜਿਹੜੇ ਇਹ ਨਹੀਂ ਜਾਣਦੇ ਨਹੀਂ ਤਾਂ ਇਹਨਾਂ ਨੂੰ ਵੀ ਤਾਂ ਭੁੱਖ ਲੱਗਦੀ ਹੋਵੇਗੀ ਇਹ ਨਹੀਂ ਜਾਣਦੇ ਉਹ ਵੀ ਨਹੀਂ ਜਾਂਦਾ ਰਹਿ ਗਿਆ ਇੱਕ ਪੁਰਾਣਾ ਇੱਕ ਰਹਿ ਗਿਆ ਹੁਣ ਫੇਰ ਇੱਕ ਨਵਾਂ ਭਰਤੀ ਕਰਤਾ ਹੁਣ ਪੁਰਾਣੇ ਪੰਜੇ ਕੱਢ ਲੈ ਤੇ ਨਵੇਂ ਪੰਜ ਆ ਗਏ ਪਹਿਲਿਆਂ ਦੋ ਤਿੰਨਾਂ ਨੇ ਤਾਂ ਕੋਸ਼ਿਸ਼ ਕੀਤੀ ਉੱਤੇ ਜਾਇਆ ਜਾਵੇ ਪਰ ਜਿਹੜੇ ਪੁਰਾਣੇ ਸੀ ਉਹਨਾਂ ਨੇ ਉਹਨੂੰ ਕੁੱਟ ਕੁੱਟ ਕੇ ਬਿਠਾ ਦੇਣਾ ਜਿਹੜੇ ਦੂਜੇ ਆਏ ਉਹਨਾਂ ਨੇ ਕੀ ਵੇਖਿਆ ਵੀ ਜੇ ਇਹ ਨਹੀਂ ਜਾਣਦੇ ਤੇ ਅਸੀਂ ਕਿਉਂ ਜਾਈਏ ਹਾਲਾਂਕਿ ਜਦੋਂ ਪਹਿਲੇ ਜਾਂਦੇ ਸੀ ਉਦੋਂ ਪਾਣੀ ਦੀ ਵਰਖਾ ਹੁੰਦੀ ਸੀ ਉਹਨਾਂ ਨੂੰ ਥੱਲੇ ਆਉਣਾ ਪੈਂਦਾ ਸੀ ਹੁਣ ਕੋਈ ਪਾਣੀ ਦੀ ਵਰਖਾ ਨਹੀਂ ਹੋ ਰਹੀ ਕੋਈ ਕੁਝ ਨਹੀਂ ਇੱਦਾਂ ਦਾ ਹੋ ਰਿਹਾ ਪਰ ਸਾਰੇ ਢੇਰੀ ਢਾ ਕੇ ਥੱਲੇ ਬੈਠੇ ਹੋਏ ਨੇ ਕਾਰਨ ਕੀ ਹੈ ਪਾਕਾਂ ਵਾਲੇ ਭੇਡ ਚਾਲ ਕੁਝ ਸਾਡੀ ਜ਼ਿੰਦਗੀ 'ਚ ਵੀ ਇੱਦਾਂ ਦੇ ਰੀਤੀ ਰਿਵਾਜ ਸਾਨੂੰ ਪਾ ਦਿੱਤੇ ਸਾਡੀ ਸੁਰਤਾਂ 'ਚ ਵੀ ਇਹੋ ਜਿਹੇ ਘਰ ਕਰਵਾ ਦਿੱਤੇ ਵੀ ਇਹ ਹੁਣ ਸਾਨੂੰ ਮੰਨਣੇ ਹੀ ਪੈਣੇ ਕੋਈ ਇਹਦੇ ਪਿੱਛੇ ਕਾਰਨ ਨਹੀਂ ਦੇਖਦਾ ਕਾਰਨ ਕੀ ਸੀ ਰੱਬ ਨਾ ਕਰੇ ਕਿਸੇ ਦਾ ਜੀ ਚੜ੍ਹਾਈ ਕਰ ਜਾਵੇ ਇੱਥੇ ਕਈਆਂ ਨੇ ਮਰਗ ਤੇ ਪੀ ਐਚ ਡੀ ਕੀਤੀ ਹੁੰਦੀ ਆ ਵੀ ਘੁਮਾਓ ਇਹਨੂੰ ਉੱਥੇ ਘੜਾ ਸੁੱਟੋ ਐਂ ਕਰ ਦਿਓ ਜੂੰ ਕਰ ਦਿਓ ਕੋਈ ਰੀਜ਼ਨ ਨਹੀਂ ਵੇਖਦਾ ਵੀ ਰੀਜ਼ਨ ਕੀ ਸੀ ਜੇ ਕਾਨਾ ਪਾਇਆ ਜਾਂਦਾ ਸੀ ਇਹਦਾ ਕਾਰਨ ਕੀ ਸੀ ਉਦੋਂ ਕੋਈ ਕਿਸੇ ਨੇ
पुटना हुंदा सी, टोआ पुटना हुंदा सी, जिदे विच उनू उनू पाया जाना हुंदा सी। उदों कोई इदां दा मैडिकल इन्नी मैडिकल ने इन्नी तरक्की नहीं सी कीती, जिहड़ा घड़ा भन्नदे सी वी जे किते इहदे च कोई साह प्राण हैगा है उठ पवे। ਉਹ ਕਿੱਦਾਂ ਦੇ ਵਹਿਮ ਭਰਮ ਨੇ ਜਿਹੜੇ ਅੱਜ ਵੀ ਬੰਦੇ ਦੀ ਸੁਰਤ ਦੇ ਵਿੱਚ ਉਦਾਂ ਕਰ ਕੀਤੇ ਪੈਣ। ਇੱਦਾਂ ਵਿਆਹਾਂ ਸ਼ਾਦੀਆਂ ਦੇ ਖੁਸ਼ੀਆਂ ਦੇ ਮੌਕੇ ਜੇ ਕੋਈ ਛਿੱਕ ਮਾਰ ਦੇਵੇ ਤਾਂ ਵੀ ਕਹਿੰਦੇ ਇਹ ਬਹਿ ਜਾਂਦੇ ਨੇ ਘਰ ਦੇ ਵਿੱਚ ਵੀ ਅਸੀਂ ਤਾਂ ਚੰਗੇ ਕੰਮ ਨੂੰ ਚੱਲੇ ਸੀ। ਜੇ ਕੋਈ ਬੱਚਾ ਆਵਾਜ਼ ਮਾਰ ਦੇਵੇ ਤੇ ਤਾਂ ਵੀ ਬਹਿ ਜਾਂਦੇ। ਇਹ ਕਾਰਨ ਕੀ ਸੀ ਤੁਸੀਂ ਦੇਖੋ ਨਾ, ਇਹ ਕਿੱਦਾਂ ਦੇ ਫੋਕਟ ਦੇ ਕਰਮ ਨੇ ਜਿਹੜੇ ਬੰਦੇ ਦੀ ਸੁਰਤ ਦੇ ਵਿੱਚ ਘਰ ਕੀਤੇ। ਮੈਂ ਤਾਂ ਪਾਗਾਂ ਵਾਲੇ ਹੋ, ਬਾਬਾ ਕਬੀਰ ਜੀ ਨੇ ਸੱਚ ਹੀ ਤਾਂ ਕਿਹਾ ਹੈ। ਬਾਬਾ ਕਬੀਰ ਜੀ ਕਹਿੰਦੇ ਨੇ, ਕਹਿੰਦੇ ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਮੁੜ ਕੇ ਕੌਣ ਸਾਥ ਦਿੰਦਾ ਝੂਠਿਆਂ ਦਾ? ਮੁਸੀਬਤ ਜਦੋਂ ਪੈਂਦੀ ਹੈ ਕੌਣ ਕਹਿੰਦਾ ਵੀ ਲਿਆ ਤੂੰ ਨੀ, ਪਹਿਲਾਂ ਮੈਂ ਤੇਰੇ ਅੱਗੇ ਖੜਦਾ। ਕਹਿੰਦੇ ਜਾ ਠੱਗੀਆਂ ਮਾਰਦਾ ਰਿਹਾ, ਹਣ ਭੁਗਤ ਕੱਲੇ ਨੂੰ ਭੁਗਤਣੀਆਂ ਪੈਣੀਆਂ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਹੋਇਆ ਕੀ? ਪਾਏ ਕੁਹਾੜਾ ਗਾਫਲੇ ਆਪਣੇ ਹੱਥ। ਇੱਕ ਬੰਦੇ ਨੇ ਦੂਜੇ ਵੱਲ ਵਗਾ ਕੇ ਕੋਈ ਚੀਜ਼ ਮਾਰੀ ਹੋਵੇ ਨਾ, ਉਹਦੇ ਸੱਟ ਪਿੱਟ ਲੱਗ ਜਾਵੇ ਤੇ ਆਪਾਂ ਕਹਿੰਦੇ ਵੀ ਇਹਦਾ ਕਸੂਰ ਹੈ, ਇਹਨੇ ਇੱਦਾਂ ਕੀਤਾ ਹੈ ਮੇਰੇ ਨਾਲ। ਇਹ ਤੇ ਛੱਬੀ ਦਾ ਪਰਚਾ ਹੋਣਾ ਚਾਹੀਦਾ ਹੈ ਤੇ ਆਹ ਹੋਣਾ ਚਾਹੀਦਾ ਹੈ, ਪਰਚੇ ਕਰਾਉਣ ਤੱਕ ਜਾਂਦੇ ਆ। ਬਾਬਾ ਕਬੀਰ ਜੀ ਕਹਿੰਦੇ ਨੇ ਇੱਥੇ ਕੀ ਕਰੋਗੇ, ਇੱਥੇ ਤਾਂ ਤੁਸੀਂ ਆਪਣੇ ਹੱਥਾਂ ਨਾਲ, ਇਹਨਾਂ ਹੱਥਾਂ ਨਾਲ ਆਪਣੇ ਪੈਰ ਵੱਢੇ ਨੇ, ਧਰਮ ਛੱਡ ਦਿੱਤਾ, ਸੱਚ ਛੱਡ ਦਿੱਤਾ, ਇਮਾਨਦਾਰੀ ਛੱਡ ਦਿੱਤੀ। ਜਿਹੜੇ ਬੰਦੇ ਕੋਲ ਦਇਆ, ਧਰਮ, ਧੀਰਜ, ਸੰਤੋਖ ਨਹੀਂ ਹੈ ਨਾ, ਫਿਰ ਪਾਗਾਂ ਵਾਲਿਓ ਉੱਥੇ ਜਗ੍ਹਾ ਕਿੰਨੇ ਲੈ ਲਈ। ਝੂਠ ਨੇ, ਦਵੈਸ਼ ਭਾਵਨਾ ਨੇ, ਠੱਗੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਚੱਤੇ ਪੈਰ ਬੰਦੇ ਦੇ ਉੱਤੇ ਸਵਾਰ ਰਹਿੰਦੇ ਨੇ, ਵੀ ਮਾੜੀ ਜਿਹੀ ਵੀ ਜਗ੍ਹਾ ਮਿਲੇ ਕਿਵੇਂ ਨਾ ਕਰਕੇ ਅਸੀਂ ਇਹਦਾ ਘਰ ਬਰਬਾਦ ਕਰ ਦਈਏ। ਫੈਸਲਾ ਸਾਡੇ ਹੱਥ ਵਸ, ਰਾਹ ਦੋ ਹੀ ਨੇ। ਦੁਨੀਆ ਦੀ ਕਿਸੇ ਵੀ ਮੰਜ਼ਿਲ ਨੂੰ ਤੁਸੀਂ ਸਰ ਕਰਨਾ ਚਾਹੁੰਦੇ ਹੋ, ਉਹਦੇ ਰਾਹ ਦੋ ਹੋਣਗੇ। ਇੱਕ ਹੈ ਮੰਜ਼ਿਲ ਸਰ ਕਰ ਲਓ, ਇੱਕ ਹੈ ਥੱਕ ਹਾਰ ਕੇ ਬਹਿ ਜਾਓ ਜਾਂ ਰਾਹ ਚ ਰੁਕ ਜਾਓ ਜਾਂ ਰਸਤਾ ਹੀ ਬਦਲ ਲਓ। ਏਦਾਂ ਹੀ ਸਤਿਗੁਰ ਦੀ ਬਾਣੀ ਤੇ ਵੀ ਚੱਲਣ ਦੇ ਕੇਵਲ ਤੇ ਕੇਵਲ ਸੱਚੀ ਸੋਚ ਲੈਣ ਦੇ ਵੀ ਦੋ ਹੀ ਰਾਹ ਨੇ, ਜਾਂ ਤਾਂ ਚੱਲ ਪਾ ਜਾਂ ਪਾਸੇ ਹਟ ਜਾ। ਹੱਥ ਵਸ ਬੰਦੇ ਦੇ ਹੈ, ਹੁਣ ਪੂਰੀ ਸਮਾਪਤੀ ਹੋਣੀ ਹੈ। ਤੁਹਾਡੇ ਕੋਲ ਘਰ ਨੂੰ ਜਾਣ ਨੂੰ ਵੀ ਰਾਹ ਹੈ ਤੇ ਇੱਧਰ ਉੱਧਰ ਜਾਣ ਨੂੰ ਵੀ, ਕਿਤੇ ਵੀ ਜਾਣ ਨੂੰ ਰਾਹ ਹੈ। ਹੱਥ ਵਸ ਤੁਹਾਡੇ ਹੈ, ਤੁਸੀਂ ਕਰਨਾ ਕੀ ਹੈ? ਭੁੱਖ ਲੱਗੀ ਹੈ, ਲੰਗਰ ਵੀ ਚੱਲ ਰਿਹਾ ਹੈ, ਉਹ ਤੁਹਾਡੀ ਮਰਜ਼ੀ ਹੈ। ਸਮਾਪਤੀ ਤੋਂ ਬਾਅਦ ਛਕਣਾ ਹੈ ਜਾਂ ਭੁੱਖੇ ਹੀ ਜਾ ਕੇ ਸੌਂ ਜਾਣਾ, ਮਰਜ਼ੀ ਤੇਰੀ। ਰਾਹ ਦੋ ਹੀ ਨੇ। ਬੱਚੇ ਨੇ ਇਮਾਨਦਾਰੀ ਦਾ ਪੈਸਾ ਖਵਾਉਣਾ ਹੈ ਜਾਂ ਫਿਰ ਠੱਗੀ ਮਾਰ ਕੇ ਖਵਾਉਣਾ ਹੈ, ਰਾਹ ਦੋ ਨੇ। ਦੀਨ ਛਡਾਏ ਦੁਨੀ ਜੋ ਲਾਏ, ਦੁਹੀ ਸਰਾਈ ਖਨਾਮੀ ਕਹਾਏ। ਕਹਿੰਦੇ ਹੇ ਮਨੁੱਖ, ਤਾਂ ਤੇਰਾ ਲੋਕ ਤੇ ਪਰਲੋਕ ਸਵਾਰਿਆ ਜਾਵੇਗਾ ਜੇ ਤੂੰ ਆਪਣਾ ਦੀਨ ਧਰਮ ਨਾ ਛੱਡ ਕੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੇ। ਇੱਥੇ ਪਾਗਾਂ ਵਾਲਿਓ, ਲੋਕ ਤੇ ਪਰਲੋਕ ਦੀ ਵੀ ਮਾਫ ਕਰਿਓ, ਸਾਡੇ ਸਾਹਮਣੇ ਇੱਦਾਂ ਦੀ ਪਰਿਭਾਸ਼ਾ ਬਿਆਨ ਕਰ ਦਿੱਤੀ ਵੀ ਕੋਈ ਵੀ ਬੰਦਾ ਇੱਥੋਂ ਵਾਲੇ ਲੋਕ ਪਰਲੋਕ ਦੀ ਕੋਈ ਬਾਹਲੀ ਚਿੰਤਾ ਨਹੀਂ ਕਰਦਾ, ਅੱਗਾ ਸਵਾਰਨ ਤੇ ਲੱਗਾ ਹੋਇਆ ਹੈ। ਜਿਹੜਾ ਬੁਰਾ ਕੰਮ ਕਰਦਾ ਹੈ ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਸਜ਼ਾ ਤੇ ਅਗਲੇ ਜਨਮ 'ਚ ਮਿਲਣੀ ਹੈ। ਕਹਿੰਦਾ ਆਹ ਮੈਂ ਪਿਛਲੇ ਜਨਮ ਦੀ ਸਜ਼ਾ ਭੁਗਤਣ ਦਿਆ ਹੈ ਤੇ ਇਹਦੀ ਮੈਨੂੰ ਅਗਲੇ 'ਚ ਮਿਲਣੀ ਹੈ। ਚਲੋ ਕੋਈ ਗੱਲ ਨਹੀਂ, ਆਏ ਹਾਂ, ਜੋ ਜੀ ਕੀਤਾ, ਜੋ ਦਿਲ ਨੇ ਚਾਹਿਆ ਉਹ ਕੀਤਾ, ਨਸ਼ਾ ਚਾਹਿਆ ਨਸ਼ਾ ਕੀਤਾ,
ਪੱਬਾਂ ਕਲੱਬਾਂ 'ਚ ਗਏ, ਗਲਤ ਰਸਤਿਆਂ 'ਤੇ ਗਏ, ਲੋਕਾਂ ਦੀਆਂ ਧੀਆਂ ਭੈਣਾਂ 'ਤੇ ਗਲਤ ਕਮੈਂਟ ਕੱਸੇ, ਲੋਕਾਂ ਦੀਆਂ ਧੀਆਂ ਭੈਣਾਂ 'ਤੇ ਗਲਤ ਨਿਗਾਹ ਰੱਖੀ। ਬੰਦਾ ਕਹਿੰਦਾ ਬਸ ਦੁਨੀਆਂ 'ਤੇ ਇਹ ਤਾਂ ਪਿਛਲੇ ਜਨਮ ਦੀ ਸਜ਼ਾ ਭੋਗਣ ਦੇ ਹਾਂ ਅਸੀਂ। ਅੱਛਾ, ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਪਿਆਰਿਆ, ਕਹਿੰਦੇ ਜਦੋਂ ਤੂੰ ਗੁਰੂ ਦੀ ਦੱਸੀ ਸਿੱਖਿਆ 'ਤੇ ਚੱਲੇਗਾ, ਕਹਿੰਦੇ ਤੇਰਾ ਆ ਵਾਲਾ ਸਮਾਂ ਅਤੇ ਆਉਣ ਵਾਲਾ ਸਮਾਂ ਸੋਹਣਾ ਹੀ ਸੋਹਣਾ ਹੈ, ਸੁਹੇਲਾ ਹੀ ਸੁਹੇਲਾ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਪਰਲੋਕ ਦਾ ਅਰਥ ਹੈ ਆਉਣ ਵਾਲਾ ਸਮਾਂ ਭਾਗਾਂ ਵਾਲਿਓ। ਅਸੀਂ ਆਪਣਾ ਆਹ ਸਮਾਂ ਸਵਾਰਨਾ ਸੀ, ਆਪਣੇ ਆਹ ਸਮੇਂ ਨੂੰ ਚੰਗੇ ਪਾਸੇ ਲਾਉਣਾ ਸੀ।